ਜੀ ਪਹੁੰਚ ਗਏ ਆ ਸਟੇਸ਼ਨ ਤੇ ਬਿਆਸ ਸ਼ਮਸ਼ੇਰ ਸਿੰਘ ਆਏ ਆ ਛੱਡਣ ਸਾਨੂੰ ਆਹ ਵਾ ਜੀ ਸਟੇਸ਼ਨ ਬਿਆਸ ਸਟੇਸ਼ਨ ਬਹੁਤ ਹੀ ਸੋਹਣਾ ਸਟੇਸ਼ਨ ਲੱਗੂਗਾ ਕਿ ਤੁਸੀਂ ਕਿਤੇ ਬਾਹਰਲੇ ਮੁਲਕ 'ਚ ਵੀ ਆ ਗਏ ਆ ਲੁੱਕ ਦਿੱਤਾ ਵਾ ਬਾਹਰਲਾ ਹੀ ਦਿੱਤਾ ਇੱਕ ਸਾਹਿਬ ਪਾਰਕਿੰਗਾਂ ਪੁਰਕਿੰਗਾਂ ਵੀ ਕਿੰਨੀਆਂ ਸੋਹਣੀਆਂ ਨੇ ਸ਼ੇਰਿਆ ਇੱਧਰ ਵੀ ਹਾਂ ਟਿਕਟ ਕਾਊਂਟਰ ਲੱਗੇ ਹੈ ਸ਼ੇਰਿਆ ਆਹ ਵਾ ਕਾਊਂਟਰ ਰਿਜ਼ਰਵੇਸ਼ਨ ਕਾਊਂਟਰ ਦਰਿਆ ਟਰੈਕ ਰੇਲਵੇ ਚਲੋ ਜੀ ਦੋ ਜੇ ਐਸ ਬਲੌਗ 'ਤੇ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਅੱਜ ਦੀ ਜੋ ਵੀਡੀਓ ਬਣ ਰਹੀ ਆ ਕਿ ਬਿਆਸ ਤੋਂ ਦਿੱਲੀ ਤੱਕ ਬਾਈ ਟ੍ਰੇਨ ਜਾਣਾ ਵਾ ਤੁਸੀਂ ਵੀਡੀਓ ਦਾ ਪਿਆਰ ਦਿਓ ਔਰ ਸਬਸਕ੍ਰਾਈਬ ਕਰੋ ਅਤੇ ਹੁਣ ਤੁਸੀਂ ਸਾਡੇ ਨਾਲ ਦੋਸਤੋ ਜਰਨੀ ਤੁਸੀਂ ਸਟਾਰਟ ਕਰਨੀ ਆ 3:30 ਵਜੇ ਸਾਡੀ ਟ੍ਰੇਨ ਆ ਅਤੇ ਸਿੱਧੀ ਬਿਆਸ ਬਿਆਸ ਤੋਂ ਬਿਆਸ ਜੰਕਸ਼ਨ ਤੋਂ ਖੁੱਲ੍ਹਣੀ ਹੈ ਅਤੇ ਉਹਦੇ ਬਾਅਦ ਦਿੱਲੀ ਪਹੁੰਚਣੀ ਆ ਤਕਰੀਬਨ ਰਾਤ 10:30 ਵਜੇ ਅਤੇ 6:30 ਟ੍ਰੇਨ ਆ ਅਤੇ ਕਰਦੇ ਹਾਂ ਫਿਰ ਜਰਨੀ ਸ਼ੁਰੂ ਹੁਣ ਟ੍ਰੇਨ ਦਾ ਵੇਟ ਕਰਾਂਗੇ ਪਹਿਲਾਂ 3:30 ਵਜੇ ਟ੍ਰੇਨ ਹੋਣੀ ਹੈ ਹਜੇ ਵੱਜਣ ਡੇ ਆ ਟਾਈਮ ਹੋ ਗਿਆ ਵਾ 2:15 ਅਜੇ ਪੂਰੇ 1.25 ਘੰਟੇ ਦਾ ਹੈਗਾ ਟਾਈਮ ਕੁਛ ਸਮਾਨ ਲੈਣ ਬਾਜ਼ਾਰ ਵਾਲੇ ਪਾਸੇ ਚਲੋ ਜੀ ਬਹਿ ਗਏ ਹਾਂ ਮੋਟਰਸਾਈਕਲ 'ਤੇ ਹੁਣ ਕਿੱਧਰ ਜਾਣਾ ਵਾ ਹੁਣ ਇਹਨਾਂ ਨੂੰ ਪਤਾ ਪਰ ਚੰਗਾ ਖਿੱਚਿਆ ਮੋਟਰਸਾਈਕਲ ਤੋਂ ਆਪਾਂ ਚੱਲੇ ਹਾਂ ਜਰਾ ਘੁੰਮਣ ਥੋੜ੍ਹਾ ਬਾਜ਼ਾਰ ਘੁੰਮਣ ਸਮਾਨ ਜ਼ਰੂਰੀ ਲੈਣਾ ਵਾ ਸਫ਼ਰ 'ਚ ਜਾਣਾ ਵਾ ਫਿਰ ਦਿੱਲੀ ਨੂੰ ਅਤੇ ਬਹੁਤ ਹੀ ਜ਼ਰੂਰੀ ਸਮਾਨ ਚੇਤਾ ਆ ਗਿਆ ਉਹ ਲੈਣ ਸੋਹਣਾ ਵੇਖੋ ਵਿਊ ਵੇਖੋ ਇੱਧਰ ਵੇਖੋ ਜ਼ਬਰਦਸਤ ਪੂਰੇ ਟ੍ਰੇਨ ਉਹਨੇ ਫਗਵਾੜੇ ਤੋਂ ਬਹਿਣਾ ਵਾ ਫਿਰ ਉਹਨੇ ਸਾਡੇ ਨਾਲ ਉਹ ਸਫ਼ਰ ਜੁਆਇਨ ਕਰਨਾ ਫਗਵਾੜੇ ਤੋਂ ਅਤੇ ਮੈਂ ਬਿਆਸ ਤੋਂ ਬਹਿਣ ਲੱਗਾ ਵਾਂ ਦੋਸਤੋ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਕਿੱਧਰ ਜਾਣਾ ਹੋਏ ਉਹ ਉੱਤੇ ਸਿੱਧਾ ਜਿਹੜਾ ਵਾ ਆਪਣਾ ਹਾਈਵੇ ਆ ਬਾਈਪਾਸ ਉਹ ਆ ਅੰਮ੍ਰਿਤਸਰ ਜਲੰਧਰ ਅੰਮ੍ਰਿਤਸਰ ਜਲੰਧਰ ਵਾਲਾ ਪਿਆ ਸੋ ਜਲੰਧਰ ਗਏ ਮੀਂਹ ਪਿਆ ਵਾ ਵੇ ਨੰਬਰ 1 'ਤੇ ਆਊਗੀ ਟ੍ਰੇਨ 3:30 ਵਜੇ ਅਜੇ ਟਾਈਮ ਸਾਡਾ ਹੈਗਾ ਵਾ 15 ਮਿੰਟ ਹੋਰ ਕਿਉਂਕਿ ਬਿਆਸ ਸਟੇਸ਼ਨ ਖਾਣਾ ਖਾਤੇ ਹੋਏ ਚਲੋ ਜੀ ਹੁਣ ਫਾਈਨਲ ਸਾਡੀ ਟ੍ਰੇਨ ਦਾ ਅਨਾਊਂਸਮੈਂਟ ਵੀ ਹੋ ਗਿਆ ਵਾ D4 ਕਿੰਨਾ D3 ਆ ਹਾਂ ਉਹ ਉੱਥੇ ਲੱਗਣਾ ਆਪਣਾ D3 'ਚ ਲੱਗਣਾ ਉੱਥੇ ਚਲੋ ਉੱਥੇ ਚੱਲਦੇ ਹਾਂ ਨਾ ਸ਼ੇਰਿਆ ਆਖਰੀ ਸਲਾਮ ਦੇ ਦੇ ਫਿਰ ਹੁਣ
ਹੈ।